ਬੱਚਿਓ ਅੱਜ ਦੇ ਐਮਏ ਕੋਰਸ ਸਮੈਸਟਰ ਦੇ ਐਮਪੀਪੀ ਦੇ ਲੈਕਚਰ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਇਹ ਸਾਡਾ ਜਿਹੜਾ ਹੈਗਾ ਪੋਸਟ ਮਾਡਰਨਿਜ਼ਮ ਤੇ ਲੈਕਚਰ ਚੌਥਾ ਲੈਕਚਰ ਅਸੀਂ ਜਿਹੜਾ ਮੈਂ ਡਿਲੀਵਰ ਕਰਨ ਜਾ ਰਿਹਾ ਹਾਂ ਫੋਰਥ ਲੈਕਚਰ। ਠੀਕ ਹੈ, ਇੱਕ ਦੋ ਲੈਕਚਰ ਮੈਂ ਮੁੱਲਾ ਦੇ ਟੋਪਿਕ ਆਪਾਂ ਜਿਹੜਾ ਉਹ ਖਤਮ ਕਰਾਂਗੇ, ਉਹਦੇ ਉੱਤੇ ਜਿਹੜੀ ਡਿਸਕਸ਼ਨ ਹੈ ਖਤਮ ਹੋਊਗੀ ਤੇ ਇਹਦੇ ਨਾਲ ਸੰਬੰਧਿਤ ਜਿਹੜੇ ਪੇਪਰ ਇਹਦੇ ਨਾਲ ਇਸ ਚੈਪਟਰ ਨਾਲ ਸੰਬੰਧਿਤ ਜਿਹੜੇ ਤੁਹਾਨੂੰ ਕੁਸ਼ਚਨ ਆਏ ਹੋਏ ਹੈ ਪਿਛਲੇ ਪੇਪਰਾਂ ਦੇ ਵਿੱਚ ਉਹ ਅਸੀਂ ਬਾਅਦ ਦੇ ਵਿੱਚ ਡਿਸਕਸ ਕਰਾਂਗੇ ਤੇ ਜਿਹੜੇ ਛੋਟੇ ਕੁਸ਼ਚਨ ਵੀ ਬਣਦੇ ਹੈ ਉਹ ਵੀ ਅਸੀਂ ਬਾਅਦ ਦੇ ਵਿੱਚ ਜਿਹੜਾ ਹੈ ਡਿਸਕਸ ਕਰਾਂਗੇ। ਜਾਂ ਮੈਂ ਇੱਕ ਗੱਲ ਹੋਰ ਸੋਚ ਰਿਹਾ ਸੀਗਾ ਕਿ 3:30 ਤੋਂ 4:30 ਵਜੇ ਜਿਹੜਾ ਇੱਕ ਦੋ ਬੱਚੇ ਜਿਹੜੇ ਹੈਗੇ ਹੈ ਉਹ ਮੇਰਾ ਅਗਰ ਸਾਥ ਦੇ ਤੇ ਅਸੀਂ ਨਾਲੋ ਨਾਲ ਜਿਹੜਾ ਹੈਗਾ ਕਰੀ ਜਾਈਏ, ਕਿਉਂਕਿ ਨੋ ਡਾਊਟ ਸਾਡਾ ਜਿਹੜਾ ਸਿਲੇਬਸ ਘੱਟ ਹੈ ਪਰ ਜਿਹੜੇ ਟੋਪਿਕ ਹੈਗੇ ਆ ਉਹਨਾਂ ਵਿੱਚ ਨੰਬਰ ਆਫ ਕੁਸ਼ਚਨ ਜਿਹੜੇ ਹੈਗੇ ਆ ਉਹ ਜ਼ਿਆਦਾ ਬਣ। ਸੋ ਕੱਲ੍ਹ ਜਿੱਥੇ ਲੈਕਚਰ ਖਤਮ ਕੀਤਾ ਸੀ ਉਸ ਤੋਂ ਅੱਗੇ ਜਿਹੜਾ ਹੈਗਾ ਆਪਾਂ ਸ਼ੁਰੂ ਕਰਾਂਗੇ। ਅਸੀਂ ਮੱਧ ਯੁੱਗ ਤੋਂ ਪੋਸਟ ਮਾਡਰਨਿਜ਼ਮ ਦੀ ਚਰਚਾ ਜਿਹੜੀ ਹੈ ਸ਼ੁਰੂ ਕੀਤੀ ਸੀਗੀ ਅਤੇ ਆਧੁਨਿਕਤਾਵਾਦ ਦੀ ਜਿਹੜੀ ਹੈ ਚਰਚਾ ਉੱਥੋਂ ਸ਼ੁਰੂ ਕੀਤੀ ਸੀ ਕਿ ਜਿਹੜਾ ਮੱਧੇ ਯੁੱਗ ਸੀਗਾ ਮੱਧੇ ਕਾਲ ਸੀਗਾ ਉਹਦੇ ਵਿੱਚ ਜਿਹੜੀ ਵਿਵਸਥਾ ਸੀ ਠੀਕ ਨਹੀਂ ਸੀਗੀ, ਉਹ ਠੀਕ ਨਾ ਹੋਣ ਕਰਕੇ ਜਿਹੜਾ ਆਧੁਨਿਕਤਾਵਾਦ ਪੈਦਾ ਹੋਇਆ। ਆਧੁਨਿਕਤਾ ਦਾ ਬਾਅਦ ਦੇ ਵਿੱਚ ਜਿਹੜਾ ਸਟਰਕਚਰ ਸੀ ਉਹ ਵੀ ਠੀਕ ਨਹੀਂ ਸੀ, ਉਹਦੀ ਪ੍ਰਤੀਕਿਰਿਆ ਦੇ ਰੂਪ ਦੇ ਵਿੱਚ ਜਿਹੜਾ ਹੈ ਪੋਸਟ ਮਾਡਰਨਿਜ਼ਮ ਜਿਹੜਾ ਸਾਹਮਣੇ। ਉਸ ਤੋਂ ਬਾਅਦ ਕੱਲ੍ਹ ਦੇ ਲੈਕਚਰ ਦੇ ਵਿੱਚ ਅਸੀਂ ਇਹਦੀਆਂ ਪਰਿਭਾਸ਼ਾਵਾਂ ਜਿਹੜੀਆਂ ਹੈ ਡਿਸਕਸ ਕੀਤੀਆਂ ਸੀਗੀਆਂ। ਹੁਣ ਜਦੋਂ ਅਸੀਂ ਪੋਸਟ ਮਾਡਰਨਿਜ਼ਮ ਦੀ ਗੱਲ ਕਰਦੇ ਹਾਂ ਤੇ ਪੋਸਟ ਮਾਡਰਨਿਜ਼ਮ ਦਾ ਜਿਹੜਾ ਸੰਬੰਧ ਹੈ ਉਹ ਸਮਾਜ ਦੇ ਨਾਲ ਵੀ ਹੈਗਾ, ਫਿਲੋਸਫੀ ਦੇ ਨਾਲ ਵੀ ਹੈਗਾ। ਠੀਕ ਹੈ ਜੀ, ਉਸ ਤੋਂ ਬਾਅਦ ਸੱਭਿਆਚਾਰ ਦੇ ਨਾਲ ਵੀ ਹੈਗਾ, ਕਲਚਰ ਦੇ ਨਾਲ ਵੀ ਹੈਗਾ। ਫਿਰ ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਆਰਕੀਟੈਕਚਰ ਦੇ ਨਾਲ ਵੀ ਹੈਗਾ, ਲਿਟਰੇਚਰ ਦੇ ਨਾਲ ਵੀ ਹੈਗਾ। ਸੋ ਇਹ ਜਿਹੜੇ ਮੁੱਖ ਬਿੰਦੂ ਹੈ ਜਿਹੜਾ ਜਿਹਨਾਂ ਦਾ ਸੰਬੰਧ ਇਹਦੇ ਨਾਲ ਹੈਗਾ। ਸੋ ਆਪਾਂ ਜੇ ਗੱਲ ਕਰੀਏ ਫਿਲੋਸਫੀ ਅਤੇ ਸੋਸ਼ੋਲੋਜੀ ਦੇ ਨਾਲ ਵੀ ਹੈਗਾ। ਠੀਕ ਹੈ ਜੀ, ਦੂਸਰੀ ਗੱਲ ਇਹ ਕਿ ਵਟ ਐਵਰ ਇਜ਼ ਸੈਡ ਇਨ ਦੀ ਮਾਡਰਨਿਜ਼ਮ ਇਜ਼ ਰਿਜੈਕਟਡ ਬਾਏ ਨੋਲੇਜ। ਜੋ ਕੁਛ ਵੀ ਮਾਡਰਨਿਜ਼ਮ ਚ ਆਧੁਨਿਕਤਾਵਾਦ ਚ ਹੋਇਆ, ਜਿਹੜੀ ਡਿਵੈਲਪਮੈਂਟ ਹੋਈ, ਜਿਹੜਾ ਵਿਕਾਸ ਹੋਇਆ, ਸੰਵਿਧਾਨਾਂ ਦਾ ਵਿਕਾਸ ਹੋਇਆ, ਸੰਵਿਧਾਨਿਕ ਵਿਵਾਦ ਦਾ ਵਿਕਾਸ ਹੋਇਆ, ਅਧਿਕਾਰਾਂ ਦਾ ਵਿਕਾਸ ਹੋਇਆ, ਜਿਹੜੇ ਪ੍ਰਮੁੱਖ ਜਿਹੜੇ ਅੰਦੋਲਨ ਸੀਗੇ ਉਸ ਕਾਲ ਦੇ ਵਿੱਚ ਹੋਏ। ਸੋ ਜੇ ਆਪਾਂ ਇਹਦੀ ਵਟ ਐਵਰ ਇਜ਼ ਸੈਡ ਇਨ ਮਾਡਰਨਿਜ਼ਮ ਮਾਡਰਨਿਜ਼ਮ ਦੀ ਗੱਲ ਕਰੀਏ, ਇਹ ਚੱਲਿਆ 12ਵੀਂ ਸ਼ਤਾਬਦੀ ਤੋਂ ਲੈ ਕੇ 1945 ਤੱਕ। 1950 ਤੋਂ ਬਾਅਦ ਅਸੀਂ ਇਹ ਮੰਨਦੇ ਹਾਂ ਕਿ ਜਿਹੜੀ ਪੋਸਟ ਮਾਡਰਨਿਸਟ ਥੌਟ ਸੀ ਉਹਦਾ ਜਨਮ ਹੋਇਆ ਜਾਂ ਉਹਦਾ ਵਿਕਾਸ ਹੋਇਆ ਜਾਂ। ਠੀਕ ਹੈ ਜੀ, ਹੁਣ ਇੱਕ ਗੱਲ ਅਸੀਂ ਪਰਿਭਾਸ਼ਾ ਡਿਸਕਸ ਕਰ ਰਹੇ ਸੀਗੇ, ਉਹ ਪਰਿਭਾਸ਼ਾ ਸੀਗੀ ਇੱਕ ਡੈਫੀਨੇਸ਼ਨ ਅਸੀਂ ਇਹਦੀ ਡਿਸਕਸ ਕਰ ਰਹੇ ਸੀ ਕੱਲ, ਉਹ ਸੀਗੀ ਲੀਗਲ ਰਿਪਲੇ। ਠੀਕ ਹੈ, ਇਹਨੇ
92 ਦੇ ਵਿੱਚ ਇਹ ਗੱਲ ਕਹੀ ਸੀ ਇਹ ਗੱਲਾਂ ਕਹੀਆਂ ਇੱਕ ਤਾਂ ਪਹਿਲੀ ਗੱਲ ਹੋਈ ਆਪਣੀ ਪਰਿਭਾਸ਼ਾ ਕਰ ਰਿਹਾ ਹੈ ਉਹ ਪੋਸਟ ਮਾਡਰਨਿਜ਼ਮ ਇੰਟੈਲੈਕਚੁਅਲ ਇੰਟੈਲੈਕਚੁਅਲ ਫਾਰਮੇਸ਼ਨ ਨਾਲ ਬੌਧਿਕ ਇਹਦਾ ਵਿਕਾਸ ਮੰਨਦੇ ਇੰਟੈਲੈਕਚੁਅਲ ਫਾਰਮੇਸ਼ਨ ਦਾ ਮਤਲਬ ਇੱਥੇ ਹੈ ਕਿ ਇਹਦਾ ਉਹ ਜਿਹੜਾ ਹੈਗਾ ਬੌਧਿਕ ਜਿਹੜਾ ਹੈ ਮੰਨਦੇ ਬੌਧਿਕ ਇਹਦਾ ਮੰਨਦੇ ਇਹਦੀ ਜਿਹੜੀ ਉਤਪਤੀ ਹੋਈ ਆ ਉਹ ਬੌਧਿਕ ਰੂਪ ਦੇ ਵਿੱਚ ਜਾਂ ਉਹ ਮਨੁੱਖ ਦੇ ਤਰਕ ਦੇ ਆਧਾਰ ਤੇ ਹੋਈ ਹੈ ਜਾਂ ਮਨੁੱਖ ਦੀ ਤਰਕਸ਼ੀਲਤਾ ਦੇ ਆਧਾਰ ਤੇ ਹੋਈ ਹੈ ਤਰਕ ਦੇ ਗੱਲ ਮਤਲਬ ਨੂੰ ਬੌਧਿਕ ਮੰਨ ਰਿਹਾ ਹੈ ਲੇਕਿਨ ਨਾਲ ਨਾਲ ਪੋਸਟ ਮਾਡਰਨਿਜ਼ਮ ਜਿਹੜਾ ਇੱਕ ਗੱਲ ਨੂੰ ਹੋਰ ਮੰਨ ਰਿਹਾ ਹੈ ਕਿ ਮੈਨ ਇਜ਼ ਇਫੈਕਟਿਡ ਬਾਏ ਦੀ ਸਿਚੁਏਸ਼ਨ ਐਂਡ ਕੰਡੀਸ਼ਨ in the surrounding of the individual. ਮਤਲਬ ਠੀਕ ਹੈ ਜਿਹੜਾ ਮਨੁੱਖ ਹੈ ਉਹਦੇ ਇਰਦ ਗਿਰਦ ਜਿਹੜਾ ਵਾਤਾਵਰਨ ਹੁੰਦਾ ਹੈ ਪਰਿਸਥਿਤੀਆਂ ਹੁੰਦੀਆਂ ਹੈ ਜਾਂ ਕੰਡੀਸ਼ਨ ਹੁੰਦੀਆਂ ਹੈ ਉਹਦੇ ਤੋਂ ਮੈਨ ਜਿਹੜਾ ਹੈ ਮਨੁੱਖ ਜਿਹੜਾ ਹੈ ਪ੍ਰਭਾਵਿਤ ਹੁੰਦਾ ਹੈ ਔਰ ਉਹਦੀ ਜਿਹੜੀ ਥਿੰਕਿੰਗ ਹੈ ਉਹਦੀ ਜਿਹੜੀ ਸੋਚ ਹੈ ਉਹਦੇ ਤੋਂ ਪ੍ਰਭਾਵਿਤ ਹੁੰਦੀ ਹੈ ਇਹ ਗੱਲ ਇਹ ਜਿਹੜੇ ਪੋਸਟ ਮਾਡਰਨਿਸਟ ਹੈਗੇ ਹੈ ਜਾਂ ਅੱਗੇ ਆਧੁਨਿਕਤਾਵਾਦ ਜਿਹੜੇ ਵਿਚਾਰ ਹੈਗਾ ਉਸ ਗੱਲ ਦੇ ਵਿੱਚ ਬੜੇ ਫਰਮਲੀ ਬਲੀਵ ਕਰਦੇ ਔਰ ਦੂਸਰੀ ਗੱਲ ਹਿਸਟੋਰੀਕਲ ਇਨਫਲੂਐਂਸ ਵੀ ਹੁੰਦਾ ਹੈ ਹਿਸਟਰੀ ਵੀ ਇਨਫਲੂਐਂਸ ਕਰਦੀ ਹੈ ਜਾਂ ਹਿਸਟੋਰੀਕਲ ਇਨਫਲੂਐਂਸ ਵੀ ਜਿਹੜਾ ਹੁੰਦਾ ਉਹ ਵੀ ਇਹਨੂੰ ਜਿਹੜਾ ਹੈਗਾ ਉਹ ਇਨਫਲੂਐਂਸ ਕਰਦਾ ਠੀਕ ਹੈ ਜਿਹੜੀ ਚੌਥੀ ਗੱਲ ਹੈ ਵਿੱਚ ਉਹ ਨੌਲੇਜ ਐਂਡ ਟਰੂਥ ਵੀ ਕਰਦਾ ਨੌਲੇਜ ਐਂਡ ਟਰੂਥ ਦੀ ਗੱਲ ਕਰਦਾ ਮਤਲਬ ਗਿਆਨ ਔਰ ਸੱਚਾਈ ਦੀ ਕਰਦਾ ਫਿਰ ਉਹ ਗੱਲ ਜਿਹੜਾ ਹੈ ਇਹ ਕਰਦਾ ਪਿਆ ਕਿ ਜਿਹੜਾ ਪੋਸਟ ਮਾਡਰਨਿਜ਼ਮ ਹੈ ਸਮਾਜ ਦੇ ਨਾਲ ਇਹਦਾ ਜੁੜਾਵ ਹੈ ਇਹਦਾ ਦਰਸ਼ਨ ਦੇ ਨਾਲ ਜੁੜਾਵ ਹੈ ਇਹਦਾ ਕਲਚਰ ਦੇ ਸੱਭਿਆਚਾਰ ਨਾਲ ਜੁੜਾਵ ਹੈ ਇਹਦਾ ਆਰਕੀਟੈਕਚਰ ਨਾਲ ਜੁੜਾਵ ਹੈ ਅਤੇ ਇਹਦਾ ਜਿਹੜਾ ਹੈ ਲਿਟਰੇਚਰ ਦੇ ਨਾਲ ਜਾਂ ਸਾਹਿਤ ਦੇ ਨਾਲ ਵੀ ਜੁੜਾਵ ਹੈ ਉਹ ਜਿਹੜਾ ਅੰਦੋਲਨ ਹੋਇਆ ਉਹਨੂੰ ਉਹ ਜਿਹੜਾ ਹੈਗਾ ਪੋਸਟ ਮਾਡਰਨਿਜ਼ਮ ਜਿਹੜਾ ਹੈ ਉਹ ਬਣ ਗਿਆ ਹੁਣ ਰਾਜਨੀਤੀ ਦੇ ਵਿੱਚ ਅਗਰ ਗੱਲ ਕਰੀਏ ਪੂਰੀ ਤਰ੍ਹਾਂ ਨਾਲ ਪੋਲੀਟੀਕਲ ਡਾਂਸ ਅਗਰ ਗੱਲ ਕਰੀਏ ਪੋਲੀਟੀਕਲ ਡਾਂਸ ਦੀ ਗੱਲ ਕਰੀਏ ਤਾਂ ਇਹਦੀ ਜਿਹੜੀ ਸ਼ੁਰੂਆਤ ਹੈ ਉਹ 1965 ਅਤੇ 70 ਦੇ ਦਸ਼ਕ ਦੇ ਵਿੱਚ ਹੋਈ ਠੀਕ ਹੈ 1960s ਅਤੇ 70s ਦੇ ਵਿੱਚ ਜਿਹੜੀ ਇਹਦੀ ਹੈ ਉਹ ਔਰ ਸੋਸ਼ਲ ਮੀਡੀਆ ਮੂਵਮੈਂਟਸ ਹੋਈ ਠੀਕ ਹੈ ਸਮਾਜਿਕ ਜਿਹੜੇ ਅੰਦੋਲਨ ਹੋਏ ਬੌਧਿਕ ਦ੍ਰਿਸ਼ਟੀ ਨਾਲ ਜਿਹੜੇ ਅੰਦੋਲਨ ਹੋਏ ਇੰਟਲੈਕਚੁਅਲ ਇੰਟਲੈਕਚੁਅਲ ਮੂਵਮੈਂਟਸ ਠੀਕ ਹੈ ਠੀਕ ਹੈ ਜੋ ਕੁਛ ਵੀ ਹੋਈ ਡਿਵੈਲਪਮੈਂਟ ਜਿਹੜੀ ਹੋਈ ਡਿਵੈਲਪਮੈਂਟ ਜਿਹੜੀ ਇਨ ਐਨੀ ਫੀਲਡ ਜਿਹੜਾ ਉਹਦਾ ਅਸਰ ਜਿਹੜਾ ਹੈ ਜਾਂ ਉਹ ਜਿਹੜੇ ਹੈ ਕੁਛ ਕਾਰਨ ਬਣੇ ਜਿਹਨਾਂ ਕਰਕੇ ਇਹ ਵਿਵਸਥਾ ਜਾਂ ਇਹ ਲਹਿਰ ਜਾਂ ਇਹ ਬੌਧਿਕ ਦ੍ਰਿਸ਼ਟੀਕੋਣ ਸਾਡੇ ਸਾਹਮਣੇ
ठीक है। हुण